ਸਦਕੇ ਦੇ ਪਤਵੰਤੇ ਸੱਜਣੋ ਫਤਿਹ ਅਰਜ਼ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ, ਤੁਸੀਂ ਬੜੀ ਡਟ ਕੇ ਲੜਾਈ ਲੜੀ। ਜੈ ਜੀ ਹਾਲਾਤ ਸੀ, ਉਸ ਹਾਲਾਤ ਤੋਂ ਦੇਖਦੇ ਹੋਏ ਪਰ ਜੈ ਜੀ ਲੜਾਈ ਤੁਸੀਂ ਲੜੀ, ਸਾਨੂੰ ਤੁਹਾਡੇ ਤੇ ਮਾਣ ਹੈ। ਮੈਨੂੰ ਲੱਗਦਾ ਜਿਵੇਂ ਹੁੰਦਾ ਨਾ ਕਿ ਬੰਦਾ ਜ਼ਿਆਦਾ ਰੋਟੀ ਖਾ ਲੈਂਦਾ ਤੇ ਉਲਟੀ ਆ ਜਾਂਦੀ ਹੈ, ਆਪਾਂ ਜ਼ਿਆਦਾ ਖਵਾਦਾ ਲੋਕਾਂ ਨੂੰ। ਖੁੱਲੀਆਂ ਗਰੰਟਾਂ ਦਿੱਤੀਆਂ, ਜੋ ਕਹਿੰਦੇ ਕਸੀਆਂ ਬਣਾਓ, ਗ੍ਰਿਡ ਬਣਾਓ, ਜੋ ਕਹਿੰਦੇ ਸੀ ਦੇ ਜਾ। ਤੇ ਹੁਣ ਪਤਾ ਲੱਗੂ ਜਦੋਂ ਕਾਲ ਪਿਆ, ਹੁਣ 5 ਸਾਲ ਚੰਗੇ ਮਾੜੇ ਦਾ ਫਰਕ ਜਿਨ੍ਹਾਂ ਦਾ ਪਤਾ ਨੀ ਲੱਗਦਾ ਨਾ, ਉਹ ਤਾਂ ਕਦਰ ਨੀ ਪੈਂਦੀ। ਹੁਣ ਹੀ ਦੇਖ ਲਓ, ਇੱਕ ਦਿਨ ਸੌਂਹ ਚੁੱਕੇ ਨਹੀਂ ਹੋਈ, ਸਾਰੇ ਪੈਸੇ ਬੁਲਾ ਲਏ ਵਾਪਸ। ਅੱਜ ਸੀਵਰੇਜ ਪੈ ਰਿਹਾ ਸ਼ਹਿਰ ਚ, ਉੱਥੇ ਹੀ ਮਸ਼ੀਨਾਂ ਖੜ ਗਈਆਂ। ਜਿਹੜਾ ਟੋਇਆ ਪੱਟਿਆ ਗਿਆ ਪੱਟਿਆ ਗਿਆ, ਪਰ ਹੁਣ ਨੀ, ਹੁਣ ਤਾਂ ਅਗਲੇ 5 ਸਾਲ ਆਪੇ ਹੀ ਬਣਾਵਾਂਗੇ ਸਾਰਾ ਕੁਛ। ਇੱਕ ਤਾਂ ਜਿਵੇਂ ਮਨਤਾਨ ਨੇ ਕਿਹਾ, ਦਿੱਲੀ ਛੱਡਣਾ, ਆਪਾਂ ਟੈਂਪਰਰੀ ਚਾਰਜ ਦਿੱਤਾ ਉਹਨਾਂ ਨੂੰ ਸਰਕਾਰ ਦਾ, ਪਰਮਨੈਂਟ ਆਪਣਾ ਹੀ ਹੈ ਉਹ। ਜਿਵੇਂ ਆਪਾਂ ਸੋਚਿਆ ਸੀ 25 ਸਾਲ, ਉਹ ਹੁਣ ਅਸੀਂ ਉਹਦੀ ਥੋੜੀ ਤਬਦੀਲੀ ਲਿਆਂਦੀ ਹੈ ਕਿ 10 ਸਾਲ ਬਾਅਦ 5 ਸਾਲ ਉਹਨਾਂ ਨੂੰ ਦੇ ਦਿਆ ਕਰਾਂਗੇ, ਕਿਉਂਕਿ ਫਿਰ 10 ਸਾਲ ਵੀ ਯਾਰ ਬੰਦਾ ਥੱਕ ਥੁੱਕ ਜਾਂਦਾ ਥੋੜਾ। ਹੁਣ ਆਪਾਂ ਵੀ ਹੁਣ ਖੇਤੀ ਖੁਤੀ, ਹੁਣ ਜਵਾਬ ਜੇ ਲੈਣਾ ਸੈਰ ਸੂਰ ਕਰਿਆ, ਫਿਰ ਲਗਾਤਾਰ ਟਰੈਕਟਰ ਨਾਲ ਵਹੀ ਜਾਂਦੇ ਵਹੀ ਜਾਂਦੇ, ਬੋਰ ਵੀ ਹੁਣ ਕਰਨਾ ਪੈਂਦਾ ਕਿਤੇ। ਜੇ ਹੁਣ 5 ਸਾਲ ਇਹਨਾਂ ਨੂੰ ਦੇ ਕੇ ਤੁਸੀਂ ਦੇਖੋ ਭਾਜਣਾ ਪੈਂਦੀ ਇਹਨਾਂ ਨੇ। ਹੁਣ ਤਾਂ ਮੈਂ ਕਹਿੰਦਾ ਤੁਸੀਂ ਪਿੰਡ ਚ ਬੈਠੇ ਨਾ, ਜੇ ਕਾਂਗਰਸੀ ਤੁਰਦੇ ਉਹਨਾਂ ਨੂੰ ਕਹਿੰਦੇ ਯਾਰ ਸਾਡੇ ਕਰਜ਼ੇ ਤਾਂ ਮਾਫ਼ ਕਰਾ ਦਿਓ। ਹਰ ਘਰ ਚ ਨੌਕਰੀ, ਘਰ ਘਰ ਨੌਕਰੀ, ਹਰ ਘਰ ਨੌਕਰੀ, ਨੌਕਰੀ ਘਰ ਘਰ ਦੇ ਦਿਓ, ਟੈਲੀਫੋਨ ਦੇ ਦਿਓ, 2000 ਪੈਨਸ਼ਨ ਦੇ ਦਿਓ, ਡੱਕਾ ਨੀ ਮਿਲਣਾ ਇਹਨੂੰ, ਨਾ ਇਹਨਾਂ ਨੇ ਦੇਣਾ। ਆ ਤਾਂ ਬਾਦਲ ਸਾਹਿਬ ਇਸ ਕਰਕੇ, ਆ ਤਾਂ ਅਸੀਂ ਸੀ ਜਿਹੜੇ ਤੁਹਾਨੂੰ ਕਰੋੜਾਂ ਰੁਪਇਆ ਭਰ ਕੇ ਗਰੰਟਾ ਮਿਲ ਲੱਗਦਾ, ਕਿੰਨੇ ਕਿੰਨੇ ਇੰਨੇ ਕਰੋੜ ਤਾਂ ਮਿਲ ਲੱਗਦਾ, ਪਤਾ ਹੀ ਲੱਗਦਾ ਕਿੰਨੇ ਆ। ਇਹਨਾਂ ਦੇ ਦਿਲ ਚੋ ਦਰਦ ਨੀ ਜਿਹੜਾ ਅਕਾਲੀ ਦਲ ਦੇ ਬਾਦਲ ਸਾਹਿਬ ਦੇ ਮਨ ਚ ਹੈ। ਜਿਵੇਂ 24 ਘੰਟੇ ਬਾਦਲ ਸਾਹਿਬ ਮਿਲਦੇ ਰਹਿੰਦੇ ਆ, ਹੁਣ ਭਾਵੇਂ ਆਪਾਂ ਜਿੱਤੇ ਨੀ, ਆਪਾਂ ਫਿਰ ਤੋਂ ਚੱਲ ਪਏ। ਮੈਨੂੰ ਲੱਗਦਾ 10 ਸਾਲ ਕਿਤੇ ਮੈਂ ਕੱਢ ਹੀ ਚੁੱਕਿਆ ਪਿਛਲੇ 3 ਦਿਨਾਂ ਚ। ਤੇ ਮੈਂ ਇੱਕ ਗੱਲ ਦੇਖੀ ਹੈ, ਆਪਣੇ ਵਰਕਰਾਂ ਚ ਹੌਸਲਾ ਪੂਰਾ। ਜਿਵੇਂ ਹੁੰਦਾ ਨਾ ਕਿ ਬੰਦੇ ਕਹਿੰਦੇ ਟੈਂਪਰਰੀ ਚਾਰਜ, ਉਹਨਾਂ ਨੂੰ ਪਤਾ ਹੈ ਕਿ ਅਗਲੇ 5 ਸਾਲ ਪੱਕੇ ਵੱਟ ਤੇ ਪਏ, ਆਪਾਂ ਆਉਣਾ ਹੀ ਆਉਣਾ। ਸ਼੍ਰੋਮਣੀ ਅਕਾਲੀ ਦਲ ਜਿਹੜਾ ਹੁਣ ਪੰਗਾ ਲਊਗਾ ਤੁਹਾਡੇ ਨਾਲ, ਉਹਨੂੰ ਦੱਸ ਦਿਓ ਹੁਣ ਤਾਂ 5 ਸਾਲ ਪੂਰੇ, ਇਹਨੂੰ 3 ਮਹੀਨੇ ਦੇ ਟੱਪ ਵੀ ਗਏ ਆ। ਉਹਨੂੰ ਸਿੱਧਾ ਸਮਝਾ ਦਿਓ ਕਿ ਜੇ ਪੰਗਾ ਲਿੱਤਾ ਫਿਰ ਬਾਅਦ ਦੇਖੋਗੇ। ਤੇ ਇਸ ਕਰਕੇ ਭਾਵੇਂ ਕਾਗਜ਼ਾਂ ਚ ਰਾਜ ਉਹਨਾਂ ਦਾ ਰਹਿਣਾ ਤੁਹਾਡਾ ਹੀ ਹੈ, ਤੋ ਇਸ ਕਰਕੇ ਡਟ ਕੇ ਰਹੋ। ਪਰ ਇੱਕ ਗੱਲ ਮੈਂ ਮਨਤਾਰ ਬੇਨਤੀ ਕਰਦਾ, ਜਿਹਨੇ ਹੁਣ ਮੁਖਾਲਫਤ ਕੀਤੀ ਹੈ ਇਸ ਇਲੈਕਸ਼ਨ ਚ, ਉਹਨੂੰ ਨਾ ਜੁੜੇ ਨਾ ਲਿਆ। ਤੇ ਮੈਂ ਤੁਹਾਨੂੰ ਦੱਸਾਂ, ਆਹੀ ਲੋਕ ਹੈ ਜਿਹੜੇ ਹੁਣ ਆਹੀ ਟੀਮ ਹੈ ਜਿਹੜੀ ਮਰਜ਼ੀ ਵੜੇ ਆ, ਜਿਹਨਾਂ ਨੇ ਅੱਛਾ ਇਕੱਲੇ ਇਹਨਾਂ ਨੇ ਦੋਨੋਂ ਦੀ ਤਾਦਨਾ ਅਗਲੀ ਵਾਰ ਮੈਂ ਦੇਖਿਆ, ਇਹਨਾਂ ਨੇ ਕਰੰਟ ਭਰ ਕੇ ਆਹ ਜਿਹੜੇ ਨਵੇਂ ਆ ਜਾਂਦੇ ਨਾ, ਆਪਾਂ ਜੇ ਇੱਕ ਤਾਂ ਸਰੋਪੇ ਲਿਆਉਣੇ ਰੱਖ ਦੋ ਬੰਦ, ਸਰੋਪੇ ਤਾਂ ਹੁਣ ਅਕਾਲੀ ਦਲ ਨੇ ਲੈਣੇ ਨੀ, ਉਹ ਜਿਹੜਾ ਜੀ ਕਰਦਾ ਵਾ ਪਾ ਦਿੰਦੇ ਆ, ਉਹ ਲੈ ਕੇ ਨਾਲੇ ਸਰੋਪਾ ਵੀ ਲੈ ਕੇ ਭੱਜ ਜਾਂਦਾ ਨਾਲੇ। ਹੁਣ ਡਿਸਟ੍ਰਿਕਟ ਦਾ ਪ੍ਰੈਜ਼ੀਡੈਂਟ ਹੈ, ਜਿਹੜੇ ਆਪਣੇ ਐਮਐਲਏ ਲੀਡਰ ਨੇ ਸਰੋਪੇ ਪਾਏ ਨਾ ਜਾਂ ਦਿੱਤੇ, ਉਹਨੂੰ ਕੱਢ ਦੇ ਪਾਣੀ ਚੋਂ। ਆਹ ਮੈਂ ਕਹਿੰਦਾ ਆਪਣੇ ਤਾਂ ਇੰਨੇ ਹੀ ਬਹੁਤ ਹੈ, ਇਹਨਾਂ ਨੇ ਹਨੇਰੀ ਲਿਆ ਦੇਣੀ। ਮੈਂ ਤੁਹਾਨੂੰ ਦੱਸਾਂ ਆਪਣੇ ਵਰਕਰ ਤਕੜੇ, ਮੈਂ ਤੁਹਾਨੂੰ ਦੱਸਾਂ ਇਹ ਜੀ ਲੜਾਈ ਤੁਸੀਂ ਲੜੀ ਹੈ, ਜਿਸ ਹਾਲਾਤ ਚੋਂ ਨਿਕਲੇ ਹੋ, ਤੁਹਾਡੀ ਐਕਚੁਲੀ ਪਾਰਟੀ ਦੀ ਤੁਹਾਡੀ ਕਦਰ ਨੀ ਪਾਈ ਲੋਕਾਂ ਨੇ। ਜਿੰਨੇ ਕੰਮ ਕੀਤੇ ਆ ਲੋਕੀ ਸਮਝਣ ਲੱਗ ਗਏ ਕਿ ਇਹ ਤਾਂ ਜਿਵੇਂ ਆਪਣਾ ਹੀ ਹੱਕ ਹੈ, ਹੁਣ ਪਤਾ ਲੱਗੂਗਾ ਜਦੋਂ ਸਾਰੇ ਹੱਕ ਖੋਲੇ ਉਹਨਾਂ ਦੇ। ਤੇ ਇਸ ਕਰਕੇ ਆਹ ਜਿਹੜੇ 5 ਸਾਲ ਤੁਸੀਂ ਹਿੰਮਤ ਕਰਨੀ ਹੈ, ਆਪਾਂ ਆਪਣਾ ਮਿਹਨਤ ਕਰੋ, ਜੋ ਪਾਰਟੀ ਦਾ ਪ੍ਰੋਗਰਾਮ ਉਹ ਕਰਾਂਗੇ। ਮਨਤਾਰ ਨੂੰ ਮੈਂ ਬੇਨਤੀ ਕਰਦਾ, ਮੈਂ ਕਿਹਾ ਮਹੀਨੇ ਚ ਹਰ 5-7 ਦਿਨ ਹਰ ਕਿਸੇ ਪਿੰਡ ਜਾ ਕੇ ਚਾਹ ਪੀ ਲਿਆ ਕਰ, ਹੁਣ ਸੰਗਤ ਦਰਸ਼ਨ ਬੰਦ ਕਰਕੇ ਚਾਹ ਦਰਸ਼ਨ ਕਰ ਦਿਓ ਸ਼ੁਰੂ। ਹੁਣ ਸੰਗਤ ਦਰਸ਼ਨ ਤਾਂ ਹੈ ਨੀ, ਆਪਾਂ ਕਹਿੰਦੇ ਦਵਾਨੀ ਦੇਣੀ ਹੈ, ਲੰਗਰ ਦਰਸ਼ਨ ਹਰ ਪਿੰਡ ਜਾ ਕੇ ਲੰਗਰ ਲਾ ਲਿਆ ਕਰੋ, ਸਾਰੇ ਆਪਣੇ ਬਹਿ ਜਾ ਕੇ ਦੁੱਖ ਸੁੱਖ ਕਰਕੇ ਅਗਲੇ ਪਿੰਡ ਚੱਲੇ ਕਰੋ।
मैं हल्का दर्शन शुरू कर रहा, तुम लंगर दर्शन शुरू कर। जो मैं उन्हें किया हल्के हाथ जाए शुगर घंटा दो घंटे लाओ गला मारो तो उन्होंने आप कांग्रेसियों कर लें दो ऐश हूं पता लगूगा सारा कुछ। तो एक तो गला चंगा हो गया झाड़ू जो तो खिल रही हत चंकी सी मैं जिन्हें निकमे बंदे सारे दी। तो इस करके बस हूं तगड़े रहना आप डट के लड़ाई लड़ते रहना। टेंपरेरी चार्ज दिता है परमानेंट अपना है। तो पांच साल तक मतलब गला गला जी टप जाने हूं मतलब तीन महीने टप गए कल तीन महीने तो होर टप जाएंगे। आ दिन रात करते करते तू देखी चलियो उदो ही पता लगूगा तेन पता जो सौ चुकी थी हूं ही ए लगता जो हूं ही पांच साल पहले सौ चुकी थी। डेढ़ साल पार्लीमेंट आई उदो तो तेरह से तेरह जिता गए। मैं नहीं पाता मैं तेन यही कहना ना हूं मैं डिस्ट्रिक्ट प्रेस कहता कि किसी के सरोपे नहीं पाने सरोपे नहीं। मैं एक होर कहता अकाली दल हूं सरोपे लूगा ही नहीं सरोपे मनोदे। इस करके सरोपे हूं पुरानी गलतियों का पता तो ही लगता ना हूं तक क्योंकि ब्रेक जरूर चाहिए होंगे आप गड्डी दबी गए हम तुम चढ़ती कला च रहना कठे रहना मंदार नु कह जे किसी ने पंगा लिता कट्ठे हो जाए करो सारे कि यार बस ठीक है ठीक है ठीक है तेन एडवाइजर रख लेना मैं अपने नाम। तो इस करके चलो तुम तो कुछ वाले बड़ा कुछ होने वाला तू देखी जायो। तो इस करके तुसी कट्ठे रहना जिन्हों भी कितने हल्के जिले च मंदार भावे फरीदकोट हो भावे जित हो सारे जिले ने कट्ठे हो जाना है। अच्छा मीटिंग कर दियो बहुत बहुत धन्यवाद। वाहिगुरु जी का खालसा वाहिगुरु जी की फतह।